ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਬੈਕ ਟੂ ਮਿਸਟਰ ਸਿੰਘ ਚੈਨਲ ਸੋ ਅਗਰ ਤੁਸੀਂ ਵੀ ਸਾਈਪਰਸ ਸਟੱਡੀ ਵੀਜ਼ਾ ਤੇ ਹੈਗੇ ਹੋ ਸਟੂਡੈਂਟ ਆਲਰੇਡੀ 1 ਸਾਲ ਤੁਹਾਡਾ ਕੰਪਲੀਟ ਹੋ ਚੁੱਕਿਆ ਹੈ ਤੁਹਾਡੇ ਦੋਨੋਂ ਸਮੈਸਟਰ ਦੇ ਐਗਜ਼ਾਮ ਕਲੀਅਰ ਨੇ ਐਂਡ ਤੁਸੀਂ ਸਾਈਪਰਸ ਤੋਂ ਸਟੱਡੀ ਵੀਜ਼ਾ ਗ੍ਰੀਸ ਦੇ ਵਿੱਚ ਟਰਾਂਸਫਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਥੱਲੇ ਕਮੈਂਟ ਕਰ ਦਿਓ ਜੀ ਐਂਡ ਡੈਫੀਨੇਟਲੀ ਮਿਸਟਰ ਸਿੰਘ ਤੁਹਾਡੀ ਪ੍ਰੋਪਰ ਵੇ ਨਾਲ ਹੈਲਪ ਕਰੇਗਾ ਅਗਰ ਤੁਸੀਂ ਸਾਈਪਰਸ ਦੇ ਵਿੱਚ ਸਟੂਡੈਂਟ ਵੀਜ਼ਾ ਤੇ ਹੈਗੇ ਹੋ ਪਹਿਲਾ ਸਾਲ ਤੁਹਾਡਾ ਆਲਮੋਸਟ ਕਲੀਅਰ ਹੈ ਗਿਆ ਫਰਸਟ ਈਅਰ ਤੁਹਾਡਾ ਜਿਹੜਾ ਕੰਪਲੀਟ ਹੈ ਤੁਹਾਡੇ ਐਗਜ਼ਾਮ ਕਲੀਅਰ ਨੇ ਐਂਡ ਤੁਸੀਂ ਸਾਈਪਰਸ ਤੋਂ ਗ੍ਰੀਸ ਸਟਡੀ ਵੀਜ਼ਾ ਤੇ ਆਣਾ ਚਾਹੁੰਦੇ ਹੋ ਤਾਂ ਤੁਸੀਂ ਕੰਟੈਕਟ ਕਰ ਲਿਓ ਜੇ ਪ੍ਰੋਪਰ ਵੇ ਨਾਲ ਇਨਫੋਰਮੇਸ਼ਨ ਮਿਲ ਜੇਗੀ ਤੁਹਾਨੂੰ 6000 ਯੂਰੋ ਦੀ ਕਾਲਜ ਦੀ ਫੀਸ ਹੈ ਜੀ ਸ਼ੈਂਜਨ ਵੀਜ਼ਾ ਤੁਹਾਨੂੰ ਮਿਲੇਗਾ ਉਸ ਤੋਂ ਬਾਅਦ ਇੰਟਰਵਿਊ ਦੀ ਯੂਨੀਵਰਸਿਟੀ ਵੱਲੋਂ ਤਿਆਰੀ ਹੋਏਗੀ ਪੂਰੀ ਐਂਡ ਉਸ ਤੋਂ ਬਾਅਦ ਇੰਟਰਵਿਊ ਦੀ ਤਿਆਰੀ ਮੈਂ ਵੀ ਕਰਵਾਵਾਂਗਾ ਤੁਹਾਨੂੰ ਸਾਈਪਰਸ ਤੋਂ ਗ੍ਰੀਸ ਤਾਨੂੰ ਇੱਥੇ ਜਦੋਂ ਤੁਸੀਂ ਪਹੁੰਚ ਜਾਓਗੇ ਰਾਈਟ ਤੁਹਾਨੂੰ ਪਿਕਅਪ ਵੀ ਕਰਨਾਵਾਂਗਾ ਤੁਹਾਨੂੰ ਅਕਾਮੋਡੇਸ਼ਨ ਤੁਹਾਨੂੰ ਇੱਥੇ ਦਾ ਵਰਕ ਵੀਜ਼ਾ ਜਿਹੜੇ ਅਲਾਉ ਹੁੰਦਾ ਤੁਹਾਨੂੰ ਉਹ ਵੀ ਪ੍ਰੋਵਾਈਡ ਕਰਾਂਗਾ ਰੈਜ਼ਿਡੈਂਸ ਪਰਮਿਟ ਵੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਪੂਰੇ ਸੋ ਪੂਰੀ ਹੈਲਪ ਰਹੇਗੀ ਮਿਸਟਰ ਸਿੰਘ ਦੀ ਸੋ ਡੋਨਟ ਵਰੀ ਅਬਾਊਟ ਥੈਟ ਕਿ ਤੁਸੀਂ ਅਗਰ ਸਾਈਪਰਸ ਤੋਂ ਨਿਕਲਣਾ ਚਾਹੁੰਦੇ ਹੋ ਮੂਵ ਆਨ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਈਜ਼ਲੀ ਨਿਕਲ ਸਕਦੇ ਹੋ ਰਾਈਟ ਸੋ ਜਿਹੜੇ ਚੰਗੇ ਸਟੂਡੈਂਟ ਨੇ ਜੈਨੂਇਨ ਸਟੂਡੈਂਟਸ ਨੇ ਉਹੀ ਕੰਟੈਕਟ ਕਰਨ ਜਿਹੜੇ ਕਾਲਜ ਦੇ ਵਿੱਚ ਗਏ ਨਹੀਂ ਪੜ੍ਹੇ ਨਹੀਂ ਸਿਰਫ ਲਾਈਕ ਫੀਸਾਂ ਹੀ ਦਿੱਤੀਆਂ ਨੇ ਤੇ ਅੱਗੇ ਨਿਕਲਣਾ ਚਾਹੁੰਦੇ ਆ ਪਲੀਜ਼ ਉਹ ਨਾਲ ਕੰਟੈਕਟ ਕਰਿਆ ਜੀ ਐਂਡ ਜਿਹੜੇ ਬੱਚੇ 2 ਤੋਂ 3-3 ਸਾਲ ਸਾਈਪ੍ਰਸ ਦੇ ਵਿੱਚ ਹੈਗੇ ਨੇ ਆਲਰੇਡੀ ਉਹਨਾਂ ਨੂੰ ਟਾਈਮ ਹੋ ਗਿਆ 2-3 ਸਾਲ ਉਹ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਤਾਂ ਵੀ ਤੁਸੀਂ ਹੈਲਪ ਲੈ ਸਕਦੇ ਹੋ ਮੇਰੀ ਸੋ ਠੀਕ ਹੈ ਮੇਰੇ ਕੋਈ ਵੀ ਚਾਰਜਸ ਨਹੀਂ ਹੈਗੇ ਮੈਂ ਸਿਰਫ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਜੀ ਸੋ ਜੈਨੂਇਨ ਇਨਫੋਰਮੇਸ਼ਨ ਮਿਲ ਲਈ ਜਾਂ ਮਿਲਦੀ ਹੈ ਤੁਹਾਨੂੰ ਐਂਡ ਹਮੇਸ਼ਾ ਯਾਦ ਰੱਖਿਆ ਜੀ ਮਿਸਟਰ ਸਿੰਘ ਨੂੰ ਤੇ ਮਿਸਟਰ ਸਿੰਘ ਚੈਨਲ ਤੇ ਤੁਹਾਨੂੰ ਹਮੇਸ਼ਾ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਤੇ ਵਰਕਿੰਗ ਵੀਜ਼ਾ ਦੀ ਇਨਫੋਰਮੇਸ਼ਨ ਜਿਹੜੀ ਮਿਲਦੀ ਰਹਿੰਦੀ ਹੈ ਇਹ ਵੀਡੀਓ ਸਿਰਫ ਸਾਈਪ੍ਰਸ ਦੇ ਸਟੂਡੈਂਟਸ ਲਈ ਹੈ ਉਹ ਹੀ ਕੰਟੈਕਟ ਕਰਨ ਜਿਹੜੇ ਬੱਚੇ ਗ੍ਰੀਸ ਦੇ ਵਿੱਚ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਆ ਐਂਡ ਉਹਨਾਂ ਦਾ ਫਰਸਟ ਇਅਰ ਕੰਪਲੀਟ ਹੈ ਰਾਈਟ ਸੋ ਉਹ ਹੀ ਕੰਟੈਕਟ ਕਰਨ ਐਂਡ ਜਿਹੜੇ ਬੱਚੇ ਨਹੀਂ ਪੜੇ ਉਹਨਾਂ ਨੂੰ ਤਿੰਨ ਤਿੰਨ ਸਾਲ ਹੋ ਗਏ ਸਾਈਪ੍ਰਸ ਦੇ ਵਿੱਚ ਉਹ ਟੂਰਿਸਟ ਵੀਜ਼ਾ ਸ਼ੈਂਜ ਦਾ ਲੈ ਕੇ ਨਿਕਲ ਸਕਦੇ ਆ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕ